ਤੇਰੇ ਹੁਣ ਜੁੱਤੀਆਂ ਪਹਿਣਗੀਆਂ। ਹੈਲੋ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਹੋਰ ਸਾਰੇ ਵਧੀਆ ਹੀ ਹੋਣਗੇ। ਤੇ ਅੱਜ ਵਾਲਾ ਵੈਦਰ ਬਾਹਲਾ ਹੀ ਘੈਂਟ ਬਣਿਆ ਪਿਆ ਯਾਰ, ਬਾਹਲਾ ਹੀ ਘੈਂਟ। ਟੈ 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 ਸੱਚ ਇੱਕ ਗੱਲ ਤੁਹਾਨੂੰ ਹੋਰ ਦੱਸ ਦਵਾਂ ਯਾਰ, ਇੱਕ ਚੀਜ਼ ਇੰਡੀਆ 'ਚ ਸਭ ਤੋਂ ਵਧੀਆ ਮੈਨੂੰ ਲੱਗਦੀ ਹੁੰਦੀ ਸੀ, ਵਧੀਆ ਵੀ ਲੱਗਦੀ ਹੁੰਦੀ ਸੀ, ਚੰਗੀ ਵੀ ਨਹੀਂ ਲੱਗਦੀ ਹੁੰਦੀ, ਮਾੜੀ ਵੀ ਲੱਗਦੀ ਹੁੰਦੀ ਸੀ। ਉੱਚੀ ਉੱਚੀ ਸੁਬਹਾ ਸੁੱਤੇ ਪੈਣ ਆਵਾਜ਼ਾਂ ਆਉਣ ਲੱਗ ਪੈਂਦੀਆਂ ਸੀ, ਲਵਾ ਵੇਚ ਬੋਤਲਾਂ ਵੇਚ ਫਲਾਣਾ ਢਿਮਕਾ। ਇੱਥੇ ਇੱਥੇ ਜਿਹੜੀਆਂ ਬਈ ਬੋਤਲਾਂ ਬਦਲਾਵ ਵੇਚਣ ਜਾਣੀ ਨੇ, ਉਹ ਮੈਨੂੰ ਅੱਜ ਕਿਉਂ ਯਾਦ ਆਈਆਂ, ਕਿਉਂਕਿ ਸਾਨੂੰ ਹੁਣ ਜਾਣਾ ਪੈ ਰਿਹਾ, ਕਿਉਂਕਿ ਬੋਤਲਾਂ ਦਾ ਸਾਡੇ ਘਰ ਵੱਗ ਇਕੱਠਾ ਹੋਇਆ ਪਿਆ। ਇੱਕ ਆਹ ਪਈਆਂ, ਤਿੰਨ ਲਿਫਾਫੇ ਆਹ ਪਏ ਆ, ਠੀਕ ਆ, ਇੱਕ ਦੋ ਅਤੇ ਤੀਜਾ ਢੱਕਿਆ ਪਿਆ, ਅਤੇ ਦੋ ਲਿਫਾਫੇ ਅੰਦਰ ਪਏ ਆ। ਜਿਹੜਾ ਇਹ ਸਾਡੇ ਬੋਤਲਾਂ ਬਾਦਲਾਂ ਕੈਨ ਸ਼ੈਨ ਜਿਹੜੇ ਹੁੰਦੇ ਆ, ਉਹ ਸਾਰੇ ਸਾਨੂੰ ਮਤਲਬ ਉੱਥੇ ਦੇ ਕੇ ਆਉਣੇ ਪੈਣੇ ਆ। ਉੱਥੇ ਇਹ ਵਧੀਆ ਹੁੰਦਾ ਸੀਗਾ ਕਿ ਚੁੱਪ ਕਰਕੇ ਕਵਾੜੀਆ ਆਇਆ, ਗੇਟ 'ਚ ਚੱਕ ਕੇ ਲੈ ਗਿਆ। ਮੈਂ ਤੇ ਮੰਮੀ ਨੇ ਮਤਲਬ ਬਥੇਰਾ ਸਮਾਨ ਆਇਆ ਕਵਾੜ ਵਾਲਿਆਂ ਨੂੰ ਚੁਕਾਇਆ। ਮਾੜੀ ਜੀ ਗੱਡੀ ਗੁੱਡੀ ਸਾਫ਼ ਕਰਿਆ, ਮੈਂ ਸੱਚਾ ਟਾਇਰਾਂ ਦੀ ਪੋਸਟ ਵੀ ਪਾਉਣੀ ਹੈ ਯਾਰ, ਟਾਇਰ ਚੁਕਾਉਣੇ ਜਿਵੇਂ ਨਵੇਂ ਆਰ ਕੇ ਪਏ ਆ ਵਿੰਟਰ ਟਾਇਰ, ਇਹਨਾਂ ਦੀ ਅੱਜ ਪਹਿਲਾਂ ਫੇਸਬੁੱਕ 'ਤੇ ਵੀ ਐਡ ਪਾਉਣੀ ਹੈ। ਪਰ ਮੈਂ ਗੱਡੀ ਜੀ ਸਾਫ਼ ਕਰ ਲਵਾਂ, ਐਂ ਵੇਖੀ ਮੋ ਕਿੱਡਾ ਘੰਟਾ ਲੱਗਦਾ ਵੈ, ਚਿੱਟਾ ਚਿੱਟਾ ਹੋਇਆ ਸਰ, ਉਹ ਤੇਰਾ ਭਲਾ ਹੋ ਜੇ, ਗਾੜੀ ਵੀ ਵਾਈਟ ਵਾਈਟ ਹੋਈ ਪੜੀ ਹੈ। ਲੈ ਉਹ ਕਿੱਥੋਂ ਕੱਢੀ ਏ, ਉਹਨਾਂ ਚਿਰ ਗੱਡੀ ਸਟਾਰਟ ਕਰਦੀ ਹੈ ਸੱਚ ਯਾਰ। ਰੱਬਾ ਐਂ ਜਮਾਂ ਹੀ ਢਕਿਆ ਹੀ ਪਿਆ ਕੰਮ। ਉਹਨੇ ਗੱਡੀ ਕਰ ਲਾਂਗੇ ਸਾਫ਼, ਆਹ ਤਾਂ ਹੀ ਝੜ ਜਾਣੀਆਂ। ਸਹੀ ਹੈ ਯਾਰ, ਪਤਾ ਕੀ ਆ, ਪਹਿਲਾਂ ਫਰੀਜ਼ਿੰਗ ਜ਼ਿਆਦਾ ਸੀ, ਜਦੋਂ ਮਾਈਨਸ 30-30 ਜਾਂ 30-35 ਹੁੰਦੇ ਨਾ, ਉਦੋਂ ਵਾਲੀ ਠੰਡ ਲੱਗਦੀ ਆ। ਹੁਣ ਤਾਂ ਮਾਈਨਸ ਮਸਾਂ 8-10 ਜਾਂ 15 ਹੋਊਗਾ, ਕਿਉਂਕਿ ਉਹ 'ਚ ਫਿਰ ਇੰਨੀ ਠੰਡ ਜੀ ਫੀਲ ਨਹੀਂ ਹੁੰਦੀ ਜਦੋਂ ਸਨੋਅ ਜੀ ਪੈ ਜਾਏ। ਜਦੋਂ ਹੁੰਦੀ ਆ ਫਰੀਜ਼ਿੰਗ ਉਦੋਂ ਸਾਲਾ ਚੱਕਰ ਪੈਂਦਾ, ਆਹ ਤਾਂ ਹੁਣ ਲੱਗਦੀ ਆ ਜਿਵੇਂ ਉਹ ਕਰਾਈ ਹੁੰਦੀ ਆ ਚਿੱਟੀ ਚਿੱਟੀ ਗੱਡੀ, ਸੱਚ ਬਲੋਰ ਨਾਲ ਹੀ ਲੈ ਜਾਣੀ ਸੀ ਤਾਂ ਯਾਰ। ਚੱਲ ਗੱਡੀ ਸਾਫ਼ ਕਰ ਲਾਂ, ਫਿਰ ਅੱਗੇ ਬਣਾਉਂਦੇ ਹਾਂ। ਸਾਫ਼ ਕਰਦੇ ਕਰਦੇ ਨੂੰ ਪਤਾ ਲੱਗਿਆ ਵੇਖੀ ਗੱਡੀ ਪਿੱਛੇ ਕੋਈ ਦਿਲ ਬਣਾ ਗਿਆ, ਦਿਲ ਗੱਡੀ ਜੇ ਸਾਫ਼ ਹੋ ਜਾਏ ਫਿਰ ਨਿਕਲ। ਰੀਲਾਂ ਰੂਲਾਂ ਬਣਾਉਣ ਬਹੁਤ ਟਾਈਮ ਪਿਆ, ਕਹਿੰਦੀ ਲੈ ਜਾ ਜਿੱਥੇ ਪੈਂਦੀ ਆ ਸਨੋ ਜਿੱਥੇ ਸਨੋ ਪੈਂਦੀ ਆ, ਆਵੇ ਕਿੱਧਰ ਥੱਲੇ ਆਹ ਕੰਮ ਹੋ ਜਾਂਦਾ, ਥੱਲੇ ਉਹੀ ਜੰਮ ਜਾਂਦੀ ਹੈ। ਠੀਕ ਆ, ਊਂ ਤਾਂ ਕੈਨੇਡਾ ਵਧੀਆ ਹੀ ਹੈ ਯਾਰ, ਚੰਗਾ ਲੱਗਦਾ। ਅਸੀਂ ਨਵੇਂ ਨਵੇਂ ਆਏ ਨਾ, ਤੁਹਾਨੂੰ ਤਾਂ ਵਧੀਆ ਲੱਗਦਾ। ਤੂੰ 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 ਨਹੀਂ ਹਜੇ ਉਨੀ ਨਹੀਂ ਲੱਗੀ ਜਿੰਨੀ ਮੈਨੂੰ ਚਾਹੀਦੀ ਆ। ਆ ਪਤਾ ਕੀ ਹੁਣ ਵਧੀਆ ਹੋ ਗਿਆ ਵੀ ਟੈਂਪਰੇਚਰ ਨਾ, ਹੁਣ ਟੈਂਪਰੇਚਰ ਤਾਂ ਮਤਲਬ ਅੱਪ ਜਿਹਾ ਹੋ ਗਿਆ, ਅੱਗੇ ਬੜਾ ਡਾਊਨ ਸੀ, 30 ਤੋਂ ਪਲੱਸ ਸੀ, 35 ਮਾਈਨਸ 35 40 ਸੀ, ਫੀਲ ਲਾਈਕ 45, ਪਰ ਹੁਣ ਵਧੀਆ ਮਤਲਬ 10-15 ਨੂੰ ਇੰਨਾ ਉਹ ਨਹੀਂ ਹੁੰਦਾ, ਚੱਕਰ ਜਿਹਾ ਨਹੀਂ ਹੁੰਦਾ। ਚੱਲ ਹੁਣ ਅਸੀਂ ਕੁਹਾੜ ਵਾਲੀਆਂ ਬੋਤਲਾਂ ਬਾਤਲਾਂ ਚੱਕ ਲਈਏ, ਡਿੱਗੀ ਸੁੱਟੀਏ, ਫਿਰ ਉਦੋਂ ਬਾਅਦ ਆਪਾਂ ਉਹਨੂੰ ਵੇਚ ਕੇ ਆਈਏ। ਟਾਣਾ ਨਾ 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 ਨਾ
ਅੱਛਾ ਸੱਚ ਗੱਡੀ ਨਾਲ ਰਿਲੇਟਡ ਤੁਹਾਨੂੰ ਇੱਕ ਗੱਲ ਹੋਰ ਦੱਸ ਦਵਾਂ, ਮਤਲਬ ਇੰਡੀਆ 'ਚ ਲੋੜ ਹੀ ਨਹੀਂ ਪੈਂਦੀ ਕਿੰਨੀ ਕੁ ਉੱਥੇ ਠੰਡ ਪੈਂਦੀ ਆਪਣੇ, ਇੱਥੇ ਜਦੋਂ -30 ਤੂੰ ਟੱਪ ਜਾਂਦਾ ਨਾ, ਉਦੋਂ ਬਾਅਦ 'ਚ ਆ ਜਿਹੜੀ ਤਾਰ ਹੁੰਦੀ ਹੈ ਨਾ, ਆਪ ਜਿਵੇਂ 'ਚ ਤਾਰ ਲਾ ਕੇ ਰੱਖੀ ਆ, ਇਹ ਪਲੱਗ ਲਾ ਕੇ ਰੱਖਣਾ ਪੈਂਦਾ ਗੱਡੀ ਦੇ ਅੱਗੇ, ਕਿਉਂਕਿ ਆਹ ਜਿਹੜਾ ਇਹਦੇ ਅੱਗੇ ਪਲੱਗ ਲੱਗਿਆ ਹੁੰਦਾ ਨਾ, ਆਹ ਵਾਲਾ, ਇਹ ਮੋਸਟਲੀ ਇੱਥੇ ਹਰੇਕ ਗੱਡੀ 'ਚ ਲੱਗਿਆ ਹੁੰਦਾ, ਇਹਦੇ ਨਾਲ ਲਾ ਕੇ ਰੱਖਣਾ ਪੈਂਦਾ ਤਾਂ ਕਿ ਗੱਡੀ ਥੋੜ੍ਹੀ ਜਿਹੀ ਗਰਮ ਗੁਰਮ ਰਹੇ ਅਤੇ ਸੁਬਹਾ ਮਤਲਬ ਸਟਾਰਟ ਕਰਨ 'ਚ ਦਿੱਕਤ ਨਾ ਆਵੇ। ਉਹਦੇ ਨਾਲ ਕੀ ਹੁੰਦਾ, ਗੱਡੀ ਫਿਰ ਪਹਿਲੀ ਸੈਲਫ ਸਟਾਰਟ ਹੋ ਜਾਂਦੀ, ਕਿਉਂਕਿ ਜੇ -30 ਤੋਂ ਇੱਥੇ ਖੜ੍ਹੀ ਆ ਗੱਡੀ ਹੈ ਨਾ, ਉਹ ਫਰੀਜ਼ ਹੋ ਜਾਂਦੀਆਂ, ਮੁੜ ਕੇ ਬੈਟਰੀਆਂ ਡੈਡ ਹੋ ਜਾਂਦੀਆਂ, ਸੈਲਫ ਸੁਲਫ ਮਾਰੇ ਤੇ ਤੇਰੇ ਹੁਣ ਜੁੱਤੀਆਂ ਬਹਿਣਗੀਆਂ, ਠੰਡ ਪਤਾ ਕਿੰਨੀ ਆ, ਕੌਣੀ ਹੈ ਖੜ ਜਾ ਫਿਰ, ਤੇਰੇ ਤਾਂ ਜਸਤਾਨੇ ਪਾਏ, ਮੈਨੂੰ ਚੱਕ ਕੇ ਲਿਆਉਂਦੇ ਖੁਰਚਾ ਜਿਹਾ, ਫਿਰ ਤੈਨੂੰ ਦੱਸੂ, ਚੱਲਦੇ ਹਾਂ ਉਰੇ ਆ ਆ ਜਾ ਮਜ਼ਾ ਹੀ ਆ ਗਿਆ, ਦੋ ਲਫਾਫੇ ਤਾਂ ਉਹ ਕੱਢ ਲਏ ਹੈਗੇ ਨਾ, ਤੀਜਾ ਲਫਾਫਾ ਸਾਡਾ ਵੇ ਇਹ 'ਚ ਜੰਮਿਆ ਪਿਆ, ਹੈ ਕਿ ਇੰਨੀ ਤੇਰੀ ਭਲਾ ਐਡੀ ਜਿਹੜੀ ਬਰਫੀ ਆ, ਮੈਨੂੰ ਐਂ ਲਫਾਫਾ ਵੀ ਨਾ ਫਟ ਜੇ, ਕਬਾੜੀ ਆ ਕਬਾੜੀ ਆ ਇਨ ਦਾ ਹਾਊਸ ਬੇਬੀ, ਸਿੱਟੋ ਜਲਦੀ ਕਰੋ, ਅੱਜ ਕਮਾਈਆਂ ਕਰਕੇ ਲਿਆਵਾਂ, ਅੱਜ ਵਾਧੂ ਕਮਾਈ ਹੋਊਗੀ, ਇਹ ਚ ਦੋ ਹੀ ਪੈਣਗੇ, ਦੋ ਮੂਰੇ ਰੱਖ ਲਾਂਗੇ, ਦੋ ਮੂਰੇ ਕਿਉਂ ਰੱਖਣਾ, ਆ ਹੀ ਜਾਊਗਾ, ਜਲਦੀ ਕਰੋ, ਡਿੱਗੀ ਨੂੰ ਵੀ ਪਸੀਨਾ ਆ ਗਿਆ ਪਤਾ, ਆ ਜਾਓ ਚੱਲ, ਮੇਰੇ ਹਿਸਾਬ ਨਾਲ ਅਸੀਂ ਇਕੱਠੀਆਂ ਕੱਢਣੀਆਂ ਕਰੀਆਂ ਨੇ, ਵੇਚਣੀਆਂ ਅੱਜ ਲਿਖੀਆਂ ਸੀ, ਸਹੀ ਗੱਲ ਆ, ਚਲੋ ਹੁਣ ਆਪਾਂ ਸਿੱਧੇ ਚੱਲਦੇ ਹਾਂ ਰਾਹ 'ਚ ਤੇ ਮਿਲਦੇ ਹਾਂ ਬੋਟਲ ਡੀਪੂ, ਮੇਰੀ ਐਨਕ ਡਿੱਗ ਪਈ ਸੀਗੀ, ਵੈਰੀ ਗੁੱਡ, ਐਨਕ ਡਿੱਗ ਗਈ ਤਾਂ ਸਾਰੀ ਚਿੜੀ ਚਿੜੀ ਹੋ ਗਈ ਸੁਣਨ ਲੱਗ ਗਈ, ਪਰ ਵੈਸੇ ਇੱਕ ਗੱਲ ਆ, ਜਿਵੇਂ ਹੁਣ ਅੱਜ -10 ਕੀ ਹੋਣਾ ਹਨਾ, ਤੇ ਅੱਜ ਗੱਡੀ ਵੀ ਛੇਤੀ ਗਰਮ ਹੋ ਗਈ ਆ, ਨਹੀਂ ਤਾਂ ਘੱਟੋ ਘੱਟ 15-20 ਮਿੰਟ ਤੋਂ ਵੀ ਵੱਧ ਲਵੇਗੀ, ਇੱਕ ਅੱਗ ਚਿੱਟੀ ਹੋ ਗਈ, ਸਟੀਮ 'ਚ ਜਾਊਗੀ, ਤੇ ਨਹੀਂ ਤਾਂ 15-20 ਮਿੰਟ ਤੋਂ ਵੀ ਜ਼ਿਆਦਾ ਲੱਗ ਜਾਂਦੇ ਗੱਡੀ ਨੂੰ ਗਰਮ ਹੁੰਦੇ, ਅੱਜ ਤਾਂ 10 ਮਿੰਟਾਂ ਦੇ ਵਿੱਚ ਗੱਡੀ ਗਰਮ ਹੋ ਗਈ, ਚੱਲ ਵੀ ਲੈ ਕੇ ਬਾਬੇ ਦਾ ਨਾਮ ਤੇ ਚੱਲ ਗਈ ਆਪਾਂ ਕੁੜੀਏ, ਬੋਤਲਾਂ ਵੇਚ ਗਈਏ, ਨੀ ਮੌਜਾਂ ਲੁੱਟ ਜੱਟੀਏ, ਵੇਚ ਬੋਤਲਾਂ ਖਾਲੀ, ਤੁਹਾਡੇ ਕੰਮ ਵਾਲੇ ਪਾਸੇ ਚੱਲੀਏ, ਇੱਥੋਂ ਉਹ ਰੱਸੀ ਵਾਲੇ ਦੀ ਵੇਚ ਦਵਾਂਗੇ, ਚਲੋ ਓਕੇ, ਵਾਈਪਰ ਮਾਰੋ, ਬਣ ਗਿਆ ਪਾਣੀ ਹੋੜ ਗਈ, ਚਲੋ ਤੇ ਚੀਟਾ ਹੋ ਜਾਵੇ ਸਾਰਾ ਕੁਛ, ਭਾਈ ਇੱਥੇ ਸੱਚੀ ਕੈਲਗਰੀ ਦੇ ਮੌਸਮ ਦਾ ਪਤਾ ਹੀ ਨਹੀਂ, ਰੁਕ ਜੀ ਕਿ ਜਾਣ ਕੇ ਕਰ ਦੇ, ਨਹੀਂ ਸੱਚੀ ਰੁਕੀ ਨਹੀਂ ਸੀ, ਜਿਹੜੀ ਸਾਡੀ 7ਵੀਂ ਕਲਾਸ ਚ ਹੁੰਦੀਆਂ ਸੀਗੀਆਂ ਨਾ, ਉਹ ਚੀਜ਼ ਸੁਣਾਈ ਜਾਂਦੀ, ਰੇਸ ਕੀਤੀ ਤੇ ਕਿੱਧਰ ਨੂੰ ਤੁਰ ਪੈਂਦੀ, ਭਾਈ ਅਸੀਂ ਹੁਣ ਉੱਥੇ ਪਹੁੰਚ ਗਏ, ਤੁਹਾਨੂੰ ਸਾਰਾ ਕੁਛ ਦਿਖਾਵਾਂਗੇ, ਚੱਕਦੇ
ਰੇਤਾ ਤੁਰਿਆ ਹੁੰਦਾ ਕਿ ਨਹੀਂ? ਰੇਤੇ ਵਾਂਗੂ ਚੱਲਦਾ ਸਾਰਾ। ਦੂਸਰੇ ਵਾਸਤੇ ਇਹ ਨੌ ਤੋਂ ਛੇ ਦਾ ਟਾਈਮ ਆ। ਪੜ ਲਈ ਪਾ ਇੱਧਰ ਕੋਈ ਉੱਥੇ ਤੋਂ ਤੁਸੀਂ ਪੈਸੇ ਮੈਨੂਅਲ ਭਰ ਦਿੰਦੇ? ਓਕੇ ਜੀ, ਅਸੀਂ ਪੈਸੇ ਵੱਟ ਲਿਆਂਦੇ ਆ, $21 ਦੇ ਕਰੀਬ ਬਣੇ ਹੈਗੇ ਆ, ਤੁਹਾਨੂੰ ਤੇਲ ਤੁਲ ਪਾ ਲਾਂਗੇ ਮੇਰੀ ਗੱਲ ਸੁਣੋ। ਇਹ 21.90 21.90 ਇਹਦਾ ਫੰਡਾ ਪਤਾ ਕੀ ਹੁੰਦਾ, ਪਹਿਲਾਂ ਉਹ ਜਿਹੜੇ ਹੈਗੇ ਸਾਰੇ ਬੋਤਲਾਂ ਕਾਊਂਟ ਕਰ ਲੈਣਗੇ, ਬਾਅਦ 'ਚ ਇੱਕ ਪਰਚੀ ਨਿਕਲਦੀ ਆ, ਪਰਚੀ ਤੁਸੀਂ ਮਸ਼ੀਨ ਦੇ ਵਿੱਚ ਸਕੈਨ ਕਰਨੀ, ਮਸ਼ੀਨ ਤੁਹਾਨੂੰ ਆਪੇ ਪੈਸੇ ਕੱਢ ਕੇ ਦੇ ਦੇਣੇ ਆ। ਅਤੇ ਇਹ ਹੁੰਦਾ ਇੱਥੇ ਕਬਾੜੀਏ ਦਾ ਸਿਸਟਮ, ਕਬਾੜ 'ਚ ਵੀ ਇੱਥੇ ਇਹੀ ਚੀਜ਼ਾਂ ਲੈਂਦੇ ਮੇਰੇ ਹਿਸਾਬ ਨਾਲ, ਇਕੱਲੇ ਬੋਤਲ ਵਿੱਚ ਰੀਸਾਈਕਲ ਵਾਲੀਆਂ ਚੀਜ਼ਾਂ, ਜੇ ਤੁਸੀਂ ਮੰਨ ਲਓ ਇੰਜਣ ਜਾਂ ਲੋਹੇ ਵਾਲੀਆਂ ਚੀਜ਼ਾਂ ਵੇਚਣੀਆਂ, ਉਹ ਅਲੱਗ ਪਾਰਟ ਹੁੰਦੇ ਆ, ਮੋਹ ਯਾਰਡ ਅੱਡ ਬਣੇ ਹੋਏ ਹੁੰਦੇ ਆ, ਜੇ ਤੁਸੀਂ ਉਹ ਚੀਜ਼ਾਂ ਵੇਚ ਸਕਦੇ ਹੁੰਦੇ ਆ। ਡਾਲਰ ਸਟੋਰ ਤੋਂ ਤਾਸ਼ ਲੱਭ ਕੇ ਲੈ ਕੇ ਖੇਡਿਆ ਕਰਾਂਗੇ ਜੂਆ। ਇੰਪੋਰਟੈਂਟ ਚੀਜ਼ਾਂ ਲਿਆਂਦੀ, ਇੱਕ ਲਿਆਂਦੀ ਫੱਟੀ ਫੱਟੀ ਗੱਡੀ ਦੀ ਪੂਰੀ ਹੈਵੀ ਹੈ, ਇਹਦੇ ਉੱਤੇ ਮੈਂ ਜਿੱਦਾਂ ਖੱਲੇ ਹੁੰਦੀ ਆ ਪੜਾਅ 'ਤੇ ਮੈਂ ਖੜ ਜਾਵਾਂ। ਮੇਰਾ ਵੇਟ ਹੈਗਾ 70-80 ਤੋਂ ਉੱਤੇ ਹੋਊਗਾ, ਇੱਕ ਲੈਂਦਾ ਜੂਆ ਖੇਡਣ ਤਾਸ਼ ਚਾਹ। ਉਹ ਯਾਰ ਤਾਸ਼ ਹੋਣੀ ਜ਼ਰੂਰੀ ਹੈ, ਪਤਾ ਜੀ ਜਿਹਾ ਲੱਗ ਜਾਂਦਾ ਹੁੰਦਾ, ਪਹਿਲਾਂ ਤਾਸ਼ ਕੋਲ ਹੈ ਨਹੀਂ ਸੀਗੀ, ਮੈਨੂੰ ਤਾਂ ਖੇਡਣੀ ਨਹੀਂ ਆਉਂਦੀ। ਨਹੀਂ ਪਰ ਫਿਰ ਵੀ ਖੇਡਣੀ ਸੌਖੀ ਆ, ਜਿਹਨੂੰ ਤਾਸ਼ ਇੰਨੀ ਫੈਂਟੀ ਨਹੀਂ ਮਾਰਨੀ ਹੁੰਦੀ ਉਹ ਕੀ ਖੇਡੂਗਾ। ਵਧੀਆ ਚੀਜ਼ ਹੈ। ਇੱਕ ਹੋਰ ਚੀਜ਼ ਲੈ ਕੇ ਆਏ ਆਪਾਂ, ਕੀ ਬਾਲਟੀ? ਕੋਈ ਨਹੀਂ, ਓਕੇ ਬਾਏ ਬਾਏ, ਟਾਟਾ, ਮਿਲਦੇ ਅਗਲੇ ਵਲੌਗ 'ਚ, ਉਦੋਂ ਤੱਕ ਸਾਰਾ ਪਿਆਰ ਭਰੀ ਸਤਿ ਸ੍ਰੀ ਅਕਾਲ। ਓਕੇ ਸੂਰਜ ਵੀ ਨਿਕਲਿਆ, ਪਲੱਗ ਲਵਾਉਂਦਾ ਤੁਹਾਨੂੰ ਫਾਇਦਾ ਦੱਸਦਾ ਕੀ ਚਿੱਟੀ ਚਿੱਟੀ। ਓਕੇ ਆਹ ਗੱਡੀ ਵੇਖਾ, ਉੱਥੇ ਮੇਰਾ ਪਲੱਗ ਲੱਗਿਆ ਵਾ ਥੱਲੇ, ਹੈ ਨਾ। ਆਹ ਮੈਂ ਵਾਈਪਰ ਤਾਂ ਚੱਕਦੇ ਸੀ, ਮੈਂ ਕਿਹਾ ਚੱਲ ਗੱਡੀ ਜਦੋਂ ਸੁਬਹਾ ਸਟਾਰਟ ਕਰਨੀ ਹੋਊਗੀ ਅਤੇ ਬਾਅਦ ਕਲੀਨ ਕਰ ਦਾਂਗੇ ਸਾਨੂੰ। ਆਏ ਤੇਰਾ ਭਲਾ ਜੇ, ਪਹਿਲਾਂ ਗੱਡੀ ਸਾਰਾ ਤੋਂ ਮਾਰ ਦੇਵਾਂ, ਇਹਨੇ ਮੈਂ ਆਪਾਂ ਨੂੰ ਪਤਾ ਲੱਗ ਜਾਊ ਕਿੱਡੀ ਜਲਦੀ ਸਟਾਰਟ ਹੁੰਦੀ ਆ, ਨਹੀਂ ਤਾਂ ਜੇ ਨਾ ਲਾਈ ਹੋਵੇ ਨਾ ਚਾਬੀ ਤਾਂ ਪਰ ਛੇਤੀ ਸਟਾਰਟ ਨਹੀਂ ਹੁੰਦੀ ਹੁੰਦੀ। ਹੋ ਗਈ ਨਾ ਮਿੰਟਾਂ 'ਚ ਮਿੰਟੀ, ਅਤੇ ਜੇ ਮੰਨ ਲਓ ਆਪਾਂ ਪਲੱਗ ਨਾ ਲਾਇਆ ਹੋਵੇ, ਹੈ ਨਾ, ਤਾਂ ਫਿਰ ਇਹ ਪਤਾ ਘੁਰੂ ਘੁ ਮਤਲਬ ਇੱਕ ਪਹਿਲੀ ਸਲਫ 'ਚ ਤਾਂ ਹੁੰਦੀ ਨਹੀਂ, ਫਿਰ ਦੂਜੀ ਸਲਫ 'ਚ ਹੁੰਦੀ ਆ, ਪਲੱਗ ਲਾਉਣ ਦਾ ਬਸ ਆਹੀ ਫਾਇਦਾ। ਚੱਲ ਉਦੋਂ ਤੱਕ ਮਾੜੀ ਮੋਟੀ ਗਰਮ ਹੋ ਜੂਗੀ,
ਤੇ ਪਲੱਗ ਪਲੁੱਗ ਕੱਢਦੇ ਆਪਾਂ।